ਅਸੀਂ ਮੁੰਡੇ ਇਕੱਠੇ ਹੋ ਕੇ ਝੋਨਾ ਵੀ ਲਾ ਦਾਂਗੇ, ਅਸੀਂ ਪੈਸਾ ਕੋਈ ਨਹੀਂ ਮੰਗਣਾ। ਖਜ਼ਾਨੇ 'ਚ ਕੋਈ ਘਾਟ ਨਹੀਂ ਯਾਰ। ਮਾਨ ਸਾਹਿਬ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਸਾਨੂੰ ਸਾਡੀ ਸਮੱਸਿਆ ਹੈ। ਹਾਂਜੀ, ਅਸੀਂ ਬੀਰੇ ਵਾਲੇ ਪਿੰਡ ਦੇ ਵਿੱਚ ਖੜੇ ਹਾਂ ਜੀ, ਬਲਾਡਾ ਤਹਿਸੀਲ ਦਾ ਅਤੇ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ, ਜਿਹੜੇ ਪਿੰਡ ਦਾ ਸਭ ਤੋਂ ਜ਼ਿਆਦਾ ਵੱਧ ਨੁਕਸਾਨ ਹੋਇਆ। ਤੁਸੀਂ ਪਾਣੀ ਦੇਖ ਸਕਦੇ ਹੋ, ਜਿੱਥੇ ਤੱਕ ਵੀ ਤੁਹਾਡੀ ਨਿਗਾਹ ਜਾਂਦੀ ਹੈ ਸ਼ਰਮਾ ਜੀ, ਸਾਰੇ ਪਾਸੇ ਦਿਖਾ ਦਿਓ ਅਤੇ ਤੁਹਾਨੂੰ ਘਰ ਵੀ ਦਿਖਾਉਂਦੇ ਹਾਂ ਜਿੰਨੇ ਦੀ ਸਭ ਤੋਂ ਬੁਰੀ ਹਾਲਤ ਹੋਈ ਆ। ਸਾਹਮਣੇ ਦੇਖ ਲਓ, ਇੱਧਰਲੇ ਪਾਸੇ ਆ ਮਾਤਾ ਦਾ ਘਰ ਸੀ, ਆਹ ਡਿੱਗ ਗਿਆ, ਬਰਾਂਡਾ ਡਿੱਗ ਗਿਆ, ਬਾਹਲੀ ਜ਼ਿਆਦਾ ਬੁਰੀ ਹਾਲਤ ਹੈ ਜੀ ਇਹ ਪਿੰਡ ਦੇ ਵਿੱਚ। ਤੁਸੀਂ ਆ ਇੱਧਰੋਂ ਦਿਖਾ ਦਿਓ ਸ਼ਰਮਾ ਜੀ ਇੱਕ ਵਾਰੀ, ਆ ਇੱਧਰਲੇ ਘਰ ਦਿਖਾਓ ਦੋਨੇ, ਆਹ ਦੇਖੋ ਜੀ ਸਾਰੇ ਖਤਮ ਹੋ ਗਏ ਬੈਕ ਸਾਈਡ ਤੋਂ। ਸਭ ਤੋਂ ਵੱਧ ਨੁਕਸਾਨ ਹੋਇਆ ਜੀ ਬਲਾਡਾ ਤਹਿਸੀਲ ਦੇ ਵਿੱਚ, ਜੇ ਕੋਈ ਪਿੰਡ ਆਉਂਦਾ ਤਾਂ ਉਹ ਬੀਰੇ ਵਾਲਾ ਪਿੰਡ ਹੈ ਜਿਹਦੇ ਵਿੱਚ ਪਾਣੀ ਸਭ ਤੋਂ ਵੱਧ ਖੜਦਾ। ਚਲੋ ਜੀ ਲੈ ਤੋਰ ਲਓ ਆਪਣੀ ਕਿਸ਼ਤੀ, ਲੈ ਚੱਲੋ ਜੀ ਅਤੇ ਇੱਧਰਲੇ ਪਾਸੇ ਦਿਖਾ ਦਿਓ ਜੀ, ਆ ਇਹਨਾਂ ਦੀ ਸਾਰੀ ਆ ਕੰਧ ਕੁੰਧ ਜੀ ਡਿੱਗੀ, ਇੱਧਰਲੇ ਪਾਸੇ ਨਿਗਾਹ ਮਰਾਓ ਜੀ, ਬਹੁਤ ਜ਼ਿਆਦਾ ਬੁਰੀ ਹਾਲਤ ਹੈ। ਤੁਹਾਨੂੰ ਅਲੱਗ ਅਲੱਗ ਥਾਵਾਂ 'ਤੇ ਅਸੀਂ ਜਾ ਕੇ ਦਿਖਾਉਂਦੇ ਹਾਂ। ਆਹੀ ਮੰਨ ਕੇ ਚੱਲੋ ਵੀ ਮਜ਼ਦੂਰਾਂ ਦੇ ਘਰ ਸੀ ਜਿਨ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ। ਭਗਵੰਤ ਮਾਨ ਸਾਹਿਬ, ਮੈਂ ਇੱਕ ਕੱਲ੍ਹ ਤੁਹਾਡੀ ਵੀਡੀਓ ਦੇਖੀ ਸੀ, ਠੀਕ ਹੈ, ਅਤੇ ਤੁਸੀਂ ਵੀ ਆਹ ਵੀਡੀਓ ਚੈੱਕ ਕਰ ਲਓ ਹੈ ਨਾ। ਇੱਕ ਮੁਰਗੀ ਤੋਂ ਲੈ ਕੇ ਬੱਕਰੀ, ਮੱਝ, ਕੋਠਾ ਢਹਿ ਗਿਆ, ਮੱਝਾਂ ਵਾਲਾ ਬਾੜਾ ਢਹਿ ਗਿਆ, ਜੀਰੀ ਮਰ ਗਈ, ਜੀਰੀ ਦੁਬਾਰੇ ਲਾਉਣੀ ਪੈ ਗਈ, ਨਹੀਂ ਲੱਗੀ ਉਹ ਵੀ ਮਰ ਗਈ, ਪੈਸੇ ਦੇਊਂਗਾ। ਤੁਸੀਂ ਕਹੀ ਜਾਂਦੇ ਵੀ ਅਸੀਂ ਇੱਕ ਮੁਰਗੀ ਮਰੇ ਦੇ ਵੀ ਪੈਸੇ ਦੇਵਾਂਗੇ, ਮੁਰਗੀ ਵਾਲਾ ਹਰਜਾਨਾ ਤਾਂ ਅਸੀਂ ਝੱਲ ਲਾਂਗੇ ਜੀ, ਕੋਈ ਗੱਲ ਨਹੀਂ, 200-400 ਦੀ ਚੀਜ਼ ਹੈ, ਪਰ ਇਹ ਨਹੀਂ ਝੱਲਿਆ ਜਾਣਾ ਗਰੀਬਾਂ ਤੋਂ। ਆਹ ਦੇਖੋ ਆਹ ਪਾਣੀ ਬੜਿਆ ਪਿਆ ਅੰਦਰ, ਦੇਖ ਲਓ ਤੁਸੀਂ ਹਾਲਤ ਕੀ ਹੋਈ ਪਈ ਹੈ ਸਾਰੇ ਘਰਾਂ ਦੀ। ਇਹ ਉਹ ਘਰ ਨੇ ਵਿਚਾਰੇ ਜਿਹੜੇ 5-5 ਸਾਲ ਆਪਦੀ ਦਿਹਾੜੀ ਕਰਕੇ ਨਾ ਫਿਰ ਕਿਤੇ ਇੰਨਾ ਕੁ ਮਕਾਨ ਬਣਾਉਂਦੇ ਨੇ, ਅਤੇ ਜਿਹਨੂੰ ਇੱਕ ਝਟਕੇ 'ਚ ਹੀ ਸਾਰਾ ਕੁਛ ਖਤਮ ਹੋ ਗਿਆ, ਇਹ ਦੁਬਾਰੇ ਨਹੀਂ ਬਣਾ ਸਕਦੇ। ਆ ਇੱਧਰ ਸ਼ਰਮਾ ਜੀ, ਜ਼ੂਮ ਕਰਕੇ ਦਿਖਾਇਆ ਗਿਆ ਤਾਂ ਜ਼ੂਮ ਕਰਕੇ ਜਿਵੇਂ ਵੀ ਦਿਖਾਇਆ ਜਾਂਦਾ, ਆਹ ਇੱਧਰਲੇ ਘਰਾਂ ਦਾ ਵੀ ਹਾਲ ਦਿਖਾ ਦਿਓ ਜੀ ਕੀ ਹੋਇਆ। 15 ਅਗਸਤ ਤੋਂ ਪਹਿਲਾਂ ਸਪੈਸ਼ਲ ਗਰਦੌਰੀ ਕਰਕੇ ਪੈਸੇ ਦੇਵਾਂਗੇ, ਖਜ਼ਾਨੇ 'ਚ ਕੋਈ ਘਾਟ ਨਹੀਂ ਯਾਰ। ਤੁਸੀਂ ਕਹਿੰਦੇ ਵੀ ਖਜ਼ਾਨਾ ਵੀ ਕੋਈ ਖਾਲੀ ਨਹੀਂ ਹੈਗਾ, ਪੰਜਾਬ ਸਰਕਾਰ ਕੋਲ ਵਾਧੂ ਪੈਸੇ, ਤਾਂ ਮੈਂ ਇਹੀ ਬੇਨਤੀ ਕਰਦਾ ਵੀ ਉਹ ਵਾਧੂ ਪੈਸੇ ਦੇ ਵਿੱਚੋਂ ਇਹਨਾਂ ਕੁ ਨਹੀਂ ਧਿਆਨ ਜ਼ਰੂਰ ਮਾਰ ਲਿਓ ਜੀ, ਇਹ ਮੇਰੀ ਬੇਨਤੀ ਹੈ ਤੁਹਾਨੂੰ, ਕਿਸਾਨਾਂ ਕੁ ਨਹੀਂ ਵੀ ਧਿਆਨ ਰੱਖਿਓ, ਪਰ ਇਹ ਬੰਦਿਆਂ ਕੁ ਨਹੀਂ ਧਿਆਨ ਜ਼ਰੂਰ ਦਈਓ ਜੀ, ਅਤੇ ਤੁਹਾਨੂੰ ਅੱਗੇ ਵੀ ਘਰ ਦਿਖਾਉਂਦੇ ਹਾਂ ਜਾ ਕੇ, ਠੀਕ ਹੈ। ਅਤੇ ਆਹ ਦੇਖ ਲਓ ਜੀ ਸਾਹਮਣੇ ਤੁਸੀਂ ਦਿਹਾੜੀਦਾਰ ਬੰਦਿਆਂ ਦੇ ਘਰਾਂ ਦਾ ਕੀ ਹਾਲ ਬਣਾਤਾ ਸਾਰਿਆਂ ਨੇ, ਆਹ ਦੇਖੋ ਆਹ ਬੁਰੀ ਹਾਲਤ ਹੋ ਗਈ ਜੀ, ਆਹ ਸਾਰੇ ਘਰਾਂ ਦੀ ਘਰ ਫਟੇ ਪਏ ਨੇ। ਹੁਣ ਤੁਹਾਡਾ ਸਭ ਤੋਂ ਪਹਿਲਾ ਹੱਲ ਹੈ ਜਿਹੜਾ ਉਹ ਕੀ ਹੋਣਾ ਚਾਹੀਦਾ ਜੀ? ਇਹ ਸਾਡਾ ਸਭ ਤੋਂ ਪਹਿਲਾਂ ਹੋਣਾ ਪਾਣੀ ਨਿਕਲਣਾ ਚਾਹੀਦਾ ਜੀ ਕਿਸ ਪਾਸੇ। ਪਾਣੀ ਕਿਹੜੇ ਤਰੀਕੇ ਨਾਲ ਨਿਕਲ ਸਕਦਾ ਜੀ? ਪਾਣੀ ਜੀ ਕੋਈ ਵੱਡੀਆਂ ਸਰਕਾਰੀ ਮੋਟਰਾਂ ਹੋਣ ਉਹਦੇ ਨਾਲ ਨਿਕਲ ਸਕਦਾ, ਛੋਟੀ ਮੋਟਰ ਜਾਂ 25-30 ਮੋਟਰ ਨਾਲ ਪਾਣੀ ਨਿਕਲਦਾ ਜੀ। ਝੋਨਾ ਲੱਗ ਜੂਗਾ ਤੁਹਾਡਾ ਜੀ ਪਾਣੀ ਨਿਕਲਦਾ? ਝੋਨਾ ਜੀ ਉੱਚੇ ਥਾਵਾਂ 'ਚ ਲੱਗ ਜੂਗਾ ਜੀ, ਪਾਣੀ ਨਿਕਲ ਸਕਦਾ ਹੁਣ ਵੀ, ਪਰ ਮੁਸ਼ਕਲ ਹੈ ਜੀ ਹੁਣ ਤਾਂ ਝੋਨਾ। ਕਣਕ ਵੀ ਇੰਨਾ ਹੱਲ ਨਹੀਂ ਹੈਗਾ ਵੀ ਕਣਕ ਬੀਜੂਗੀ? ਕਣਕ ਦਾ ਵੀ ਹੱਲ ਨਹੀਂ ਹੈਗਾ? ਹੱਲ ਨਹੀਂ ਹੈਗਾ ਜੀ, ਜੇ ਵੱਡੀਆਂ ਮੋਟਰਾਂ ਦੇ ਦੇ ਸਰਕਾਰ ਕੋਈ ਸਾਨੂੰ, ਠੀਕ ਹੈ, ਮੰਨ ਲਓ ਕੋਈ ਵੱਡੀ ਤੋਂ ਵੱਡੀ ਮੋਟਰ ਹੋਵੇ, ਫਿਰ ਕਣਕ ਦਾ ਹੱਲ ਹੋ ਸਕਦਾ, ਫਿਰ ਸਾਡਾ ਰੁਜ਼ਗਾਰ ਚੱਲੂ ਕੋਈ, ਅਤੇ ਜੇ ਕਣਕ ਹੀ ਨਾ, ਸਾਨੂੰ ਕਣਕ ਤੋਂ ਮਿਲੂ ਕਿੱਥੋਂ ਸਾਨੂੰ? ਦੂਜਾ ਨੰਬਰ ਇੱਕ ਇਹ ਦੱਸ ਦਿਓ ਵੀ ਜਿਹੜੇ ਭੈਣ ਭਰਾ ਕੋਈ ਸੇਵਾ ਕਰਨਾ ਚਾਹੁੰਦੇ ਨੇ ਜਾਂ ਆਉਂਦੇ ਨੇ, ਉਹ ਕਿਹੜੀ ਚੀਜ਼ ਲੈ ਕੇ ਆਉਣ ਇੱਥੇ? ਹੁਣ ਤੁਹਾਨੂੰ ਵੱਧ ਲੋੜ ਕਿਹੜੀ ਚੀਜ਼ ਦੀ ਹੈ ਪਿੰਡਾਂ? ਦੁੱਧ ਅਤੇ ਪਾਣੀ ਦੀ ਜੀ। ਦੁੱਧ ਅਤੇ ਪਾਣੀ? ਹਾਂਜੀ। ਬਾਕੀ ਦਾ ਰਾਸ਼ਨ ਹੋਣਾ ਫਿਲਹਾਲ? ਹਾਂਜੀ ਹਾਂਜੀ, ਹੈਗਾ ਰਾਸ਼ਨ ਦੁੱਧ ਦਾ। ਠੀਕ ਹੈ। ਅਤੇ ਇੱਕ ਬਸ ਪਸ਼ੂਆਂ ਦਾ ਚਾਰਾ, ਠੀਕ ਹੈ, ਅਤੇ ਇੱਕ ਪਸ਼ੂਆਂ ਵਾਸਤੇ ਵੀ ਜ਼ਰੂਰੀ ਹੈ ਜੀ, ਕਿਉਂ ਹੁਣ ਰਿਹਾ ਨਹੀਂ ਕੋਈ। ਹਾਂ, ਮੈਂ ਤੁਹਾਨੂੰ ਇਹੀ ਚੀਜ਼ ਦੱਸਦਾ ਵੀ ਤੁਸੀਂ ਇਹ ਨਾ ਸੋਚੋ ਵੀ ਪਿੰਡ ਨੂੰ ਸੜਕ ਚੱਲ ਪਈ, ਇਹ ਲੋਕ ਹੁਣ ਬਹਾਲ ਹੋ ਗਏ, ਇਕੱਲੀ ਸੜਕ ਚੱਲਣ ਨਾਲ ਕੁਛ ਨਹੀਂ। ਤੁਸੀਂ ਆਲੇ ਦੁਆਲੇ ਦਾ ਜੇ ਸਾਰਾ ਏਰੀਆ ਦੇਖੋਗੇ ਨਾ, ਹਰਾ ਚਾਰਾ ਕਿਤੇ ਨਹੀਂ ਬਚਿਆ ਹੈਗਾ ਜੀ ਡੰਗਰਾਂ ਨੂੰ ਪਾਉਣ ਵਾਸਤੇ। ਇਹਨਾਂ ਨੂੰ ਹਲੇ ਚਾਰੇ ਦੀ ਵੀ ਲੋੜ ਹੈ, ਪਾਣੀ ਦੀ ਵੀ ਲੋੜ ਹੈ, ਅਤੇ ਦੁੱਧ ਦੀ ਵੀ ਲੋੜ ਹੈ। ਜਿਹੜੇ ਵੀ ਭੈਣ ਭਰਾ ਕਾਫੀ ਫੋਨ ਕਰਦੇ ਨੇ ਜਾਂ ਹਲੇ ਕਿਸੇ ਕੋਲ ਮਟੀਰੀਅਲ ਪਿਆ ਜਾਂ ਸੇਵਾ ਕਰਨੀ ਹੈ, ਬਲਾਡਾ ਤਹਿਸੀਲ ਦਾ ਬੀਰੇ ਵਾਲਾ ਪਿੰਡ ਹੈ ਜੀ ਬੇਝਿਜਕ, ਤੁਸੀਂ ਇੱਥੇ ਹਿਸਾਬ ਦੇ ਨਾਲ ਦੁੱਧ ਲੈ ਕੇ ਆ ਜਾਓ, ਪਾਣੀ ਲੈ ਕੇ ਆ ਜਾਓ, ਤੁਸੀਂ ਵੰਡ ਕੇ ਜਾ ਸਕਦੇ ਹੋ, ਠੀਕ ਹੈ, ਅਤੇ ਚਾਰਾ ਵੀ ਤੁਸੀਂ ਇੱਥੇ ਲੈ ਕੇ ਆ ਸਕਦੇ ਹੋ, ਕੋਈ ਦਿੱਕਤ ਨਹੀਂ। ਇੱਕ ਵੀਰੇ ਤੁਹਾਡਾ ਯਾਰ ਨੰਬਰ ਬੋਲ ਦਿਓ, ਬਹੁਤ ਬੰਦੇ ਨਾ ਨੰਬਰ ਮੰਗਦੇ ਨੇ, ਜਿਹੜੇ ਵੀ ਕਿਸੇ ਨੇ ਸੇਵਾ ਲੈ ਕੇ ਆਉਣੀ, ਮਾੜਾ ਨੰਬਰ ਜ਼ਰੂਰ ਦੱਸ ਦਿਓ ਆਪਦਾ। ਠੀਕ ਹੈ, 90-565 ਜੀ 4708। ਠੀਕ ਹੈ, ਇਹ ਨੰਬਰ ਸਕਰੀਨ 'ਤੇ ਵੀ ਹੈ, ਤੁਸੀਂ ਕਿਸੇ ਨੇ ਵੀ ਰਾਸ਼ਨ ਪਾਣੀ ਲੈ ਕੇ ਆਉਣਾ ਆ ਬਾਈ ਨਾਲ ਸੰਪਰਕ ਕਰਕੇ ਆ ਜਿਓ, ਕਿਉਂ ਇਹ ਨਾ ਹੋਵੇ ਵੀ ਸਾਰੇ ਇਕੱਠੇ ਲੈ ਕੇ ਆ ਜਿਓ, ਫੋਨ ਕਰਕੇ ਫਿਰ ਆ ਜਿਓ। ਅਤੇ ਮੌਕੇ ਦੇ ਮੈਂਬਰ ਸਾਹਿਬ ਨੇ, ਤੁਸੀਂ ਬੋਲ ਦਿਓ ਜੀ ਨੰਬਰ। 73-408 ਜੀ 41-813। ਠੀਕ ਹੈ, ਇਹ ਨੰਬਰ ਵੀ ਤੁਸੀਂ ਲਾ ਕੇ ਜੀ ਗੱਲਬਾਤ ਕਰਕੇ ਆ ਜਿਓ, ਹਾਲਤ ਤੁਸੀਂ ਆਪ ਦੇਖ ਲਓ ਸਾਰੇ ਪਿੰਡ ਦੀ, ਆ ਦੇਖ ਲਓ ਜੀ ਵੀ ਜੇ ਕਿੱਥੇ ਕਿਸੇ ਜ਼ਿਮੀਂਦਾਰ ਦਾ ਸਾਡਾ ਕੋਈ ਝੋਨਾ ਲੱਗਣਾ, ਅਸੀਂ ਮੁੰਡੇ ਇਕੱਠੇ ਹੋ ਕੇ ਝੋਨਾ ਵੀ ਲਾ ਦਾਂਗੇ, ਅਸੀਂ ਪੈਸਾ ਕੋਈ ਨਹੀਂ ਮੰਗਦੇ। ਅੱਛਾ, ਆਪਦੀ ਜ਼ਿੰਮੇਵਾਰੀ ਆਪਦੀ ਮਰਜ਼ੀ ਨਾਲ ਕੋਈ ਸਾਨੂੰ ਖਰਚਾ ਦੇਵੇ ਜ਼ਿਮੀਂਦਾਰ ਤਾਂ ਠੀਕ ਹੈ, ਅਸੀਂ ਖਰਚਾ ਵੀ ਨਹੀਂ ਮੰਗਦੇ ਝੋਨਾ ਲਾਉਣ ਦਾ, ਵੀ ਜੇ ਸਾਡੇ ਜ਼ਿਮੀਂਦਾਰ ਭਰਾ ਦੇ ਝੋਨਾ ਲੱਗ ਜੇ ਅਸੀਂ ਹੁਣ ਵੀ ਲਾਉਣ ਨੂੰ ਤਿਆਰ ਹਾਂ ਜੇ ਪਾਣੀ ਨਿਕਲਦਾ। ਇੰਨਾ ਦੇਖੋ ਯਾਰ, ਐਡੀ ਵੱਡੀ ਹੈ ਨਾ ਇਹ ਬੰਦਿਆਂ ਦੀ ਮਿਸਾਲ, ਇਹ ਕੋਈ ਬਹੁਤ ਵੱਡੀ ਮਿਸਾਲ ਹੈ, ਇਹ ਵੀ ਚੱਲ ਕਿਸੇ ਦਾ ਯਾਰ ਫਾਇਦਾ ਹੋਣਾ ਚਾਹੀਦਾ ਜੇ ਸਾਡੇ ਕਰਕੇ ਹੋ ਸਕਦਾ, ਪਰ ਇਹਨਾਂ ਦੇ ਤਾਂ ਘਰ ਆ ਦੇਖ ਲਓ ਤੁਸੀਂ ਸਾਰੇ ਬਰਬਾਦ ਹੋ ਗਏ, ਆਹ ਨਿਗਾਹ ਮਾਰ ਲਓ। ਮੈਂ ਵਾਰੀ ਵਾਰੀ ਮਾਨ ਸਾਹਿਬ ਤੁਹਾਨੂੰ ਬੇਨਤੀ ਕਰਦਾ ਜੀ, ਜੇ ਤੁਹਾਡੇ ਕੋਲ ਖਜ਼ਾਨੇ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਤਾਂ ਮੈਂ ਹੋਰ
ਤੁਸੀਂ ਆਪ ਦੇਖ ਲਓ ਮਾਨ ਸਾਹਿਬ ਵੀ ਇਹ ਬਲਾਡਾ ਤਹਿਸੀਲ ਦਾ ਪਹਿਲਾ ਪਿੰਡ ਹੈ ਜਿਹਦਾ ਸਭ ਤੋਂ ਵੱਧ ਨੁਕਸਾਨ ਹੋਇਆ ਅਤੇ ਪੰਜਾਬ ਦਾ ਵੀ ਮੈਨੂੰ ਲੱਗਦਾ ਵੀ ਇਹ ਛੋਟਾ ਪਿੰਡ ਹੈ ਸਭ ਤੋਂ ਅਤੇ ਬਾਰਡਰ ਏਰੀਏ ਦਾ ਇਹਦੀ ਹਾਲਤ ਬਹੁਤ ਬੁਰੀ ਹੈ ਜੀ ਖਾਸ ਕਰਕੇ ਇਹਦੇ ਕਨੀ ਧਿਆਨ ਦੇ ਲਓ ਅਤੇ ਜਿੰਨੇ ਵੀ ਭਗਵੰਤ ਸਾਹਿਬ ਮਾਨ ਸਾਹਿਬ ਨੂੰ ਪਿਆਰ ਕਰਦੇ ਹੋ ਜਾਂ ਜਿਵੇਂ ਵੀ ਉਹਨਾਂ ਨਾਲ ਤੁਹਾਡੀ ਕੋਈ ਗੱਲਬਾਤ ਹੈ ਉਹਨਾਂ ਦੇ ਚਰਨਾਂ 'ਚ ਵੀਡੀਓ ਜ਼ਰੂਰ ਪਹੁੰਚਾ ਦਿਓ ਤਾਂ ਕਿ ਉਹਨਾਂ ਦੀਆਂ ਅੱਖਾਂ ਖੁੱਲ ਜਾਣ ਮਾੜਾ ਜਿਹਾ ਉਹ ਵੀ ਦੇਖ ਲੈਣ ਵੀ ਲੋਕਾਂ ਦਾ ਹਾਲ ਕੀ ਆ ਦੇਖੋ ਪਤਾ ਨਹੀਂ ਤੁਹਾਡਾ ਪ੍ਰਸ਼ਾਸਨ ਤੁਹਾਨੂੰ ਇਹ ਪਿੰਡ ਦੇ ਬਾਰੇ ਕੁਝ ਦੱਸਦਾ ਹੈ ਜਾਂ ਨਹੀਂ ਦੱਸਦਾ ਉਹ ਨਹੀਂ ਪਤਾ ਪਰ ਇਹ ਵੀਡੀਓ ਜ਼ਰੂਰ ਪਹੁੰਚ ਜੇ ਪ੍ਰਸ਼ਾਸਨ ਤੱਕ ਵੀ ਆ ਹਾਲਤ ਦੇਖ ਲੈਣ ਅਤੇ ਇਹ ਇਹਨਾਂ ਦੇ ਮੂੰਹ ਦੀਆਂ ਗੱਲਾਂ ਨੇ ਤੁਸੀਂ ਆਪ ਸੁਣ ਲਓ ਵੀ ਤੰਬੂ ਤੱਕ ਨਹੀਂ ਇਹਨਾਂ ਕੋਲੇ ਪਹੁੰਚਿਆ ਹਾਂ ਇਹ ਚੀਜ਼ ਤਾਂ ਤੁਹਾਨੂੰ ਦਿਖਦੀ ਹੈ ਵੀ ਇਹਨਾਂ ਦਾ ਪਾਣੀ ਦਾ ਹੱਲ ਛੇਤੀ ਤੋਂ ਛੇਤੀ ਕਰਾਓ ਸਰਕਾਰ ਕੋਲ ਸਾਰਾ ਕੁਝ ਹੈ ਜੀ ਸਰਕਾਰ ਕਿਸੇ ਵੀ ਤਰੀਕੇ ਨਾਲ ਪਾਣੀ ਕੱਢ ਸਕਦੀ ਆ ਹਾਲ ਦੇਖ ਲਓ ਆ ਭਾਂਡੇ ਭੁੰਡੇ ਮੰਜਿਆਂ 'ਤੇ ਰਹਿ ਗਿਆ ਸਾਰਾ ਕੁਝ ਖਤਮ ਹੈ ਯਾਰ ਇਹਨਾਂ ਦਾ ਕੀ ਬਣੂਗਾ ਘਰਾਂ ਦਾ ਠੀਕ ਹੈ ਅਤੇ ਠੀਕ ਹੈ ਜੀ ਵੀਡੀਓ ਸਾਰੇ ਸ਼ੇਅਰ ਕਰ ਦਿਓ ਦੁਬਾਰੇ ਕਹਿੰਦਾ ਹੋਰ ਜੇ ਤੁਸੀਂ ਨਹੀਂ ਕੁਛ ਕਰ ਸਕਦੇ ਵੀਡੀਓ ਸਰਕਾਰ ਤੱਕ ਜ਼ਰੂਰ ਪਹੁੰਚਾ ਦਿਓ ਇਹ ਪਿੰਡ ਦੀ।